ਬਟਾਲਾ ਤੋਂ ਸੇਖੜੀ ਭਰਾਵਾਂ ਦੀ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋਵੇਂ ਭਰਾ ਆਪਸ ਵਿੱਚ ਝਗੜਾ ਕਰਦੇ ਵਿਖਾਈ ਦੇ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸ਼ਵਨੀ ਸੇਖੜੀ ਭਾਜਪਾ ਨੇਤਾ ਦਾ ਹੁਣ ਪੱਖ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਉਹ ਆਪਣੀ ਜਾਇਦਾਦ ਦੇ ਵਿੱਚ ਫੈਕਟਰੀ ਲਗਾ ਰਹੇ ਹਨ ਅਤੇ ਇਸ ਦੌਰਾਨ ਹੀ ਉਹਨਾਂ ਦੇ ਭਰਾ ਇੰਦਰ ਸੇਖੜੀ ਨੇ ਪਹਿਲਾਂ ਹੱਥ ਚੁੱਕਿਆ, ਜਿਸ ਤੋਂ ਬਾਅਦ ਉਹਨਾਂ ਦੇ ਪੁੱਤਰ ਨੇ ਉਸ 'ਤੇ ਹੱਥ ਚੁੱਕਿਆ ਹੈ। ਪਰਿਵਾਰ 'ਚ ਜਿਹੜੀ ਪਾਰਟੀਸ਼ਨ ਹੋਈ ਸੀ 2014 'ਚ ਹੋਈ ਸੀ ਆਰਬਿਟ੍ਰੇਸ਼ਨ ਅਵਾਰਡ ਤੋਂ, ਔਰ ਆਰਬਿਟ੍ਰੇਸ਼ਨ ਅਵਾਰਡ ਬਕਾਇਦਾ ਲਿਖਿਆ ਔਰ ਉਹਨੂੰ ਕਿਸੇ ਨੇ ਚੈਲੇਂਜ ਨਹੀਂ ਕੀਤਾ, ਔਰ ਦੋਨੋਂ ਪਾਰਟੀਆਂ ਹੀ ਕੋਰਟ 'ਚ ਕਹਿ ਚੁੱਕੀਆਂ ਕਿ ਜੋ ਆਰਬਿਟ੍ਰੇਸ਼ਨ ਅਵਾਰਡ 'ਚ ਲਿਖਿਆ ਗਿਆ ਉਹ ਸਭ ਨੂੰ ਮਨਜ਼ੂਰ ਹੈਗਾ। ਆਰਬਿਟ੍ਰੇਸ਼ਨ ਅਵਾਰਡ ਦੇ ਮੁਤਾਬਕ ਜਿਹੜੀ ਸਾਡੀ ਉਹ ਫੈਕਟਰੀ ਹੈ ਫੋਕਲ ਪੁਆਇੰਟ 'ਤੇ, ਉਹਦੇ ਦੋ ਹਿੱਸੇ ਹੋਏ, ਇੱਕ ਹਿੱਸਾ ਇੰਦਰ ਸੇਖੜੀ ਨੂੰ ਚਲਾ ਗਿਆ, ਇੱਕ ਹਿੱਸਾ ਅਭਿਨਵ ਸੇਖੜੀ ਮੇਰੇ ਲੜਕੇ ਨੂੰ ਸਾਡੇ ਪਰਿਵਾਰ ਨੂੰ ਮਿਲ ਗਿਆ। ਉਹ ਜਿਹੜਾ ਹਿੱਸਾ ਸਾਨੂੰ ਮਿਲਿਆ ਕਰੀਬ 12,000 ਗਜ਼ ਜ਼ਮੀਨ ਹੈ, ਉੱਥੇ ਅਮੂਲ ਦਾ ਪਲਾਂਟ ਅਭਿਨਵ ਦਾ ਆਲਰੇਡੀ ਚੱਲਦਾ ਪਿਆ। ਹੁਣ ਉਸ ਪਲਾਂਟ ਦੇ ਉੱਤੇ ਹੁਣ ਉਹ ਫੈਕਟਰੀ ਨਵੀਂ ਲਗਾ ਰਿਹਾ, ਉਹ ਉਸ ਫੈਕਟਰੀ ਨੂੰ ਚੀਫ ਮਿਨਿਸਟਰ ਸਾਹਿਬ ਕਹਿੰਦੇ ਨੇ ਕਿ ਨਵੀਂ ਇਨਵੈਸਟਮੈਂਟ ਆਏ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ 20-22,000 ਕਿਸਾਨਾਂ ਨੂੰ ਹੋਰ ਕੰਮ ਮਿਲੇਗਾ, ਅਤੇ ਉਹ ਫੈਕਟਰੀ ਨਵੀਂ ਉੱਥੇ ਗਵਰਨਮੈਂਟ ਆਫ ਇੰਡੀਆ ਤੋਂ ਅਪਰੂਵ ਕਰਾ ਕੇ ਪੰਜਾਬ ਸਰਕਾਰ ਤੋਂ ਅਪਰੂਵ ਕਰਕੇ ਲੱਗ ਰਹੀ। ਹੁਣ ਇਹ 2014 ਨੂੰ ਹੁਣ ਦੇਖ ਲਓ 10-10 ਸਾਲ ਹੋ ਗਏ, ਹੁਣ ਆ ਕੇ ਇੰਦਰ ਬਾਬੂ ਜਿਹੜਾ ਵਾ ਉਹ ਕਹਿੰਦਾ ਮੈਂ ਫੈਕਟਰੀ ਲੱਗਣ ਨਹੀਂ ਦੇਣੀ। ਹੁਣ ਜਿਹੜੀ ਜ਼ਮੀਨ ਆਪੇ ਇੰਦਰ ਸੇਖੜੀ ਨੇ ਲੀਜ਼ 'ਤੇ ਦਿੱਤੀ 33 ਸਾਲ 'ਤੇ, ਫਿਰ ਆਪ ਹੀ ਉਹਨੂੰ ਰੈਜੂਲੇਸ਼ਨ ਕਰਕੇ ਪੰਜਾਬ ਸਰਕਾਰ ਕੋਲੋਂ, ਇਹ ਦੇਖੋ ਨਾ ਆਹ ਲੀਜ਼ 'ਤੇ ਜਿਹੜੀ ਦਿੱਤੀ ਹੈ, ਇਹ ਕਾਗਜ਼ ਨੇ, ਇਹ ਲੀਜ਼ ਦੇ ਕਾਗਜ਼ ਨੇ ਜਿਹੜੇ ਕਿ ਉਹਨੇ ਇੰਦਰ ਦੀ ਫੋਟੋ ਲੱਗੀ ਹੈ, ਆਪ ਜਾ ਕੇ ਲੀਜ਼ ਕਰਕੇ ਆਇਆ ਰਜਿਸਟਰਡ ਲੀਜ਼ ਤਹਿਸੀਲਦਾਰ 'ਤੇ, ਉਹ ਫਿਰ ਆਪ ਹੀ ਰੈਜੂਲੇਸ਼ਨ ਦੇਖ ਕੇ ਗਵਰਨਮੈਂਟ ਆਫ ਪੰਜਾਬ ਤੋਂ ਇਹਦਾ ਅਲੋਟਮੈਂਟ ਹੋਇਆ ਔਰ ਇਹਦੀ ਰਜਿਸਟਰੀ ਹੋਈ, ਜਿਹਨੂੰ ਕਹਿੰਦੇ ਫਰੀ ਹੋਲਡ। ਉਹ ਫਰੀ ਹੋਲਡ ਰਜਿਸਟਰੀ ਜਿਹੜੀ ਹੈ ਪੰਜਾਬ ਸਰਕਾਰ ਨੇ PSIC ਨੇ ਉਹ ਕੀਤੀ ਹੈ ਫਰੀ ਹੋਲਡ ਲੈਣ, ਅਤੇ ਉਹਨੂੰ ਕੋਈ ਇੱਕ ਪੈਸੇ ਦੀ ਸਪੋਰਟ ਨਹੀਂ। ਜੇ ਫੈਕਟਰੀ ਆਪਣੇ ਪੈਸੇ ਲਾ ਕੇ ਲਗਾ ਰਿਹਾ, ਆਪਣਾ ਕੰਮ ਕਰ ਰਿਹਾ, ਆਪਣੀ ਜ਼ਮੀਨ 'ਤੇ ਕਰ ਰਿਹਾ, ਅਤੇ ਗੁੰਡੇ ਆ ਕੇ ਉਹਨੂੰ ਗਾਲਾਂ ਕੱਢਦੇ ਨੇ, ਉਹ ਕਹਿੰਦੇ ਫੈਕਟਰੀ ਲੱਗਣ ਦੇਣੀ, ਅਤੇ ਲੋਕਲ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਕੁਛ ਕਰਦੀ ਨਹੀਂ ਪਈ। ਸੋ ਇਹ ਬੜਾ ਵੱਡਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਲੱਗੇ ਕਿ ਨਾ ਲੱਗੇ। ਤੁਸੀਂ ਕੁਐਸਚਨ ਇਹ, ਡਾਕਟਰ ਆਪਣਾ ਇਲਾਜ ਆਪ ਨਹੀਂ ਕਰ ਸਕਦਾ, ਕਿਉਂਕਿ ਮੈਂ ਇੱਕ ਪਾਰਟੀ ਹਾਂ, ਮੈਂ ਤਾਂ ਇਹ ਕਹਿੰਦਾ ਜੋ ਕਾਨੂੰਨ 'ਚ ਫੈਸਲਾ ਹੋਇਆ ਉਹ ਹੋਣਾ ਚਾਹੀਦਾ। ਜੋ ਕੁਛ ਵੀ ਆਰਬਿਟ੍ਰੇਸ਼ਨ ਅਵਾਰਡ 'ਚ ਲਿਖਿਆ ਗਿਆ, ਜਿਹੜਾ ਕਿ ਇੱਕ ਸੁਪਰੀਮ ਕੋਰਟ ਦੀ ਜਜਮੈਂਟ ਮੰਨਿਆ ਜਾਂਦਾ, ਜਦੋਂ ਆਰਬਿਟ੍ਰੇਸ਼ਨ ਅਵਾਰਡ ਨੂੰ ਕੋਈ ਚੈਲੇਂਜ ਨਾ ਕਰੇ, ਇਟ ਇਜ਼ ਅ ਫਾਈਨਲ ਲਾਅ, ਉਹ ਆਰਬਿਟ੍ਰੇਸ਼ਨ ਅਵਾਰਡ ਇੰਪਲੀਮੈਂਟ ਹੋਣਾ ਚਾਹੀਦਾ। ਔਰ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿ ਰਹੇ ਹਾਂ ਕਿ ਭਾਈ ਇਹਨੂੰ ਇੰਪਲੀਮੈਂਟ ਕਰੋ, ਇਹ ਦੇਖੋ ਫੈਕਟਰੀ ਲੱਗਣ ਦੇ ਆਪਣੇ ਦਫ਼ਤਰ 'ਚ ਬੈਠਾ ਕੰਮ ਕਰ ਰਿਹਾ। ਜੇ ਸਿਆਸੀ ਲੀਡਰ ਜਾ ਕੇ ਕਿਸੇ ਦੇ ਘਰ 'ਚ ਗਾਲੀ ਗਲੋਚ ਕਰੇਗਾ, ਪੱਥਰ ਮਾਰੇਗਾ, ਉਹਨੂੰ ਕੀ ਕਹੋਗੇ? ਤੁਸੀਂ ਕੀ ਕਹੋਗੇ ਦੱਸੋ? ਤੁਹਾਡੇ ਘਰ 'ਚ ਕੋਈ ਬੰਦਾ ਆ ਜਾਵੇ, ਕੋਈ ਪੋਲੀਟੀਕਲ ਬੰਦਾ ਆ ਜਾਵੇ, ਆ ਕੇ ਤੁਹਾਨੂੰ, ਤੁਹਾਡੇ ਵਾਈਫ ਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਇੰਪਲਾਈਜ਼ ਨੂੰ ਥੱਪੜ ਮਾਰੇ, ਪੱਥਰ ਮਾਰੇ, ਫਿਰ ਤੁਸੀਂ ਉਹਨੂੰ ਕੀ ਕਹੋਗੇ? ਆਪਾਂ ਗੱਲ ਜੈਨੂਅਲ ਕਰੀਏ। ਦੇਖੋ ਮੈਂ ਇਹ ਨਹੀਂ ਗਾ ਕਿ ਸਾਡੀ ਫੈਕਟਰੀ, ਮੈਂ ਤਾਂ ਜਨਰਲ ਜਵਾਬ, ਮੈਂ ਟੀ ਵੀ 'ਤੇ ਵੀ ਇਸ ਲਈ ਆ ਰਿਹਾ, ਇਹ ਬਹੁਤ ਵੱਡਾ ਸਵਾਲ ਹੈ ਕਿ ਗਵਰਨਮੈਂਟ ਰੌਲਾ ਪਾ ਰਹੀ ਹੈ ਕਿ ਫੈਕਟਰੀਆਂ ਲਗਾਓ, ਫੈਕਟਰੀਆਂ ਲਗਾਓ, ਪਰ ਵੇਅਰ ਇਜ਼ ਦਾ ਡਿਲੀਵਰੀ? ਮੈਂ ਖੁਦ ਕੋਸ਼ਿਸ਼ ਕਰਦਾ ਪਿਆ ਕਿ ਮੁੱਖ ਮੰਤਰੀ ਸਾਹਿਬ ਦੇ ਨੋਟਿਸ 'ਚ ਲਿਆਵਾਂ, ਹੁਣ ਸ਼ਾਇਦ ਤੁਹਾਡੇ ਟੀ ਵੀ ਦੇ ਚੈਨਲ ਦੇ ਥਰੂ ਉਹਨਾਂ ਨੂੰ ਨੋਟਿਸ 'ਚ ਆਵੇ। ਉੱਧਰ ਦੂਸਰੇ ਪਾਸੇ ਇੰਦਰ ਸੇਖੜੀ ਨਾਲ ਸਾਡੀ ਟੀਮ ਵੱਲੋਂ ਵਾਰ ਵਾਰ ਫੋਨ ਕਰਨ 'ਤੇ ਉਹਨਾਂ ਦਾ ਪੱਖ ਜਾਣਨ ਦੀ ਜਦ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਹੈ। ਪਰ ਸੇਖੜੀ ਭਰਾਵਾਂ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਬਟਾਲਾ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੁਡੇ।